ਪਿੰਡ ਹਰਦੁਰਵਾਲ ਕਲਾਂ ਅਤੇ ਹਰਦੁਰਵਾਲ ਖੁਰਦ, ਜੇ ਕਿ ਪਿਛਲੇ 3-4 ਦਿਨਾਂ ਤੋਂ ਕਾਫੀ ਜਿਹੜੇ ਆ ਇਹ ਚਰਚਾਵਾਂ ਵਿੱਚ ਹਨ। ਪਿੰਡ ਹਰਦੁਰਵਾਲ ਕਲਾਂ ਜਿੱਥੇ ਕਿ ਬੀਤੇ ਦਿਨੀ ਇੱਕ ਪੰਚੀ ਨੂੰ ਸਰਪੰਚੀ ਨੂੰ ਲੈ ਕੇ 2 ਕਰੋੜ ਤੱਕ ਦੀ ਬੋਲੀ ਲੱਗੀ ਸੀ, ਉਸਦੇ ਨਾਲ ਹੀ ਲੱਗਦਾ ਪਿੰਡ ਹਰਦੁਰਵਾਲ ਖੁਰਦ ਹੈ, ਜਿੱਥੇ ਕਿ ਕੱਲ੍ਹ ਖਬਰਾਂ ਨਸ਼ਰ ਹੋਈਆਂ ਸਨ ਕਿ ਪਿੰਡ ਵਿੱਚ ਸਰਬਸੰਮਤੀ ਹੋ ਗਈ ਹੈ, ਪਰ ਇਹ ਖਬਰਾਂ ਬੇਬੁਨਿਆਦ ਸਨ। ਇੱਕ ਹੀ ਕੈਂਡੀਡੇਟ ਵੱਲੋਂ ਖੁਦ ਹੀ ਅਨਾਊਂਸ ਕਰ ਦਿੱਤਾ ਗਿਆ ਸੀ ਕਿ ਮੈਂ ਸਰਬਸੰਮਤੀ ਨਾਲ ਸਰਪੰਚ ਲੇਡੀਜ਼ ਹੈ, ਲੇਡੀ ਸੀਟ ਹੈ ਇੱਥੇ ਜਨਰਲ, ਵੀ ਸਰਬਸੰਮਤੀ ਨਾਲ ਮੇਰੀ ਜਿਹੜੀ ਆ ਚੋਣ ਹੋ ਗਈ, ਜਦਕਿ ਇਹ ਖਬਰਾਂ ਸਰਾਸਰ ਗਲਤ ਸਨ। ਤਾਂ ਪਿੰਡ ਵਾਲਿਆਂ ਵੱਲੋਂ ਸਰਬਸੰਮਤੀ ਨੂੰ ਨਕਾਰ ਦਿੱਤਾ ਗਿਆ ਅਤੇ ਇੱਥੇ ਇਲੈਕਸ਼ਨ ਹੋਣ ਜਾ ਰਹੀ ਹੈ। ਇਲੈਕਸ਼ਨ ਮੀਨਸ ਵੱਖ ਵੱਖ ਉਮੀਦਵਾਰਾਂ ਵੱਲੋਂ ਇੱਥੇ ਕਾਗਜ਼ ਜਿਹੜੇ ਨੇ ਨੋਮੀਨੇਸ਼ਨ ਜਿਹੜੀ ਆ ਉਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਆਪਾਂ ਇੱਥੇ ਮੌਜੂਦ ਹਾਂ ਜੋ ਕਿ ਦੂਸਰੀ ਆਜ਼ਾਦ ਤੌਰ 'ਤੇ ਪੰਚੀ ਅਤੇ ਸਰਪੰਚੀ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨੋਮੀਨੇਸ਼ਨ ਕਰਨ ਲਈ, ਗੱਲਬਾਤ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? ਰਣਜੀਤ ਸਿੰਘ ਜੀ। ਅਤੇ ਤੁਸੀਂ ਕਿਹੜੀ ਪਾਰਟੀ ਵੱਲੋਂ ਹੋਣਾ? ਅਸੀਂ ਜੀ ਪਿੰਡ ਵੱਲੋਂ ਲੜਨੇ, ਪਿੰਡ ਦਾ ਸਹਿਯੋਗ ਲੈ ਕੇ। ਕੱਲ੍ਹ ਦੀਆਂ ਚਰਚਾਵਾਂ ਸਨ ਜੀ, ਆਜ਼ਾਦ ਸਰਪੰਚ ਚੁਣੀ ਗਈ ਹੈ ਲੇਡੀ, ਹਾਂਜੀ ਸਰਬਸੰਮਤੀ ਨਾਲ ਚੁਣੀ ਗਈ ਆ? ਨਹੀਂ ਜੀ, ਕੋਈ ਨਹੀਂ ਚੁਣੀ ਗਈ ਜੀ, ਉਹਨਾਂ ਸਿਰਫ ਇੱਕ ਡਰਾਮਾ ਕੀਤਾ ਜੀ, ਗੱਲ 'ਚ ਪਰਨੇ ਪਾ ਕੇ ਢੋਲ ਵਜਾ ਤੇ ਉਹਨਾਂ ਨੇ ਵੀ ਅਸੀਂ ਸਰਪੰਚ ਬਣ ਗਏ, ਸਰਪੰਚ ਬਣ ਗਏ। ਸਾਡੀ ਸਾਰੀ ਤਿਆਰੀ ਜੀ, ਆਹ ਵੇਖੋ ਤੁਹਾਡੇ ਸਾਹਮਣੇ ਸਾਰੀਆਂ ਫਾਈਲਾਂ ਤਿਆਰ ਕਰਾਵਾਂਗੇ, ਜਮ੍ਹਾਂ ਕਰਾ ਕੇ ਆਵਾਂਗੇ, ਫਿਰ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਲੜਾਂਗੇ। 3 ਨੰਬਰ ਵਾਰਡ 'ਚੋਂ ਜੀ ਮੈਂਬਰ, ਹਾਂਜੀ ਪੂਰੀ ਤਿਆਰੀ ਆ, ਪੂਰੀ ਤਿਆਰੀ, ਡਾਕੂਮੈਂਟ ਤੁਹਾਡੇ ਸਾਹਮਣੇ ਜੀ, ਵੇਖ ਲਓ। ਆਹ ਬਿਲਕੁਲ ਗਲਤ ਆ ਜੀ, ਸਰਾਸਰ ਗਲਤ ਖਬਰ ਆ। ਮੇਰੇ ਮਦਰ ਜਿਹੜੇ ਆ ਹਰਦੁਰਵਾਲ ਖੁਰਦ ਤੋਂ ਪਿੰਡ ਵੱਲੋਂ ਜਿਹੜੀ ਆ ਸਰਪੰਚੀ ਦੀ ਇਲੈਕਸ਼ਨ ਲੜਨਗੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ, ਉਹ ਜਿਹੜੀ ਖਬਰ ਆ ਇੱਕ ਫੇਕ ਚਲਾਈ ਗਈ ਆ, ਬਸ ਉਹ ਇੱਕ ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਾ ਵੀ ਅਸੀਂ ਸਰਪੰਚ ਬਣ ਗਏ ਹਾਂ, ਮਜ਼ਾਕ ਕੋਝਾ ਮਜ਼ਾਕ ਕੀਤਾ ਜਾ ਰਿਹਾ ਪਿੰਡ ਵਾਲਿਆਂ ਨਾਲ, ਆਹ ਬਹੁਤ ਮਾੜੀ ਗੱਲ ਹੈ। ਹਾਂਜੀ ਹਾਂਜੀ, ਉਹ ਕੰਪਲੀਟ ਆ ਜੀ, ਜੋ ਵੀ ਚਾਹੀਦੇ ਸੀਗੇ ਸਾਨੂੰ, ਕੋਈ ਪੇਪਰਾਂ ਤੋਂ ਪ੍ਰੋਬਲਮ ਨਹੀਂ ਜੀ। 4 ਤਰੀਕ ਨੂੰ ਜੀ ਅੱਜ ਛੁੱਟੀ ਹੋਣ ਕਰਕੇ ਜਿਹੜੀ ਆ ਬਹੁਤ ਘੱਟ ਦਿਨ ਮਿਲੇ ਆ, ਅਤੇ ਅਸੀਂ ਜਿਹੜੇ ਪੇਪਰ ਵਰਕ ਜਿਹੜਾ ਵਾ ਹੁਣ 4, ਹਾਂਜੀ ਹਾਂਜੀ ਪੇਪਰ ਵਰਕ ਪੂਰਾ ਅਸੀਂ ਰੈਡੀ ਕਰ ਲਿਆ ਜੀ। ਕਿਹੜੀ ਪਾਰਟੀ ਵੱਲੋਂ ਚੋਣ ਲੜ? ਅਸੀਂ ਪਿੰਡ ਵੱਲੋਂ ਜੀ, ਪਿੰਡ ਦੇ ਸਹਿਯੋਗ ਨਾਲ ਪਿੰਡ ਵਾਲਿਆਂ ਦੇ ਨਾਲ ਰਲ ਕੇ, ਸਾਂਝੇ ਪਿੰਡ ਦੇ ਜੀ, ਹਾਂ ਸਾਂਝੇ ਪਿੰਡ ਦੇ। ਜਿੱਤੋਗੇ? ਜ਼ਰੂਰ ਜ਼ਰੂਰ ਜੀ, ਜਿਹੜੇ ਪਿੰਡ ਵਾਲਿਆਂ ਦੇ, ਅਸੀਂ ਪਿੰਡ ਵਾਲਿਆਂ ਲਈ ਸਰਪੰਚ ਬਣਨਾ ਅਤੇ ਪਿੰਡ ਵਾਲਿਆਂ ਦੇ ਹੀ ਬਣਨਾ ਅਤੇ ਪਿੰਡ ਦੇ ਕੰਮਾਂ ਲਈ ਬਣਨਾ, ਨਾ ਕਿ ਸਾਨੂੰ ਹੋਰ ਕੁਝ ਚਾਹਦੇ ਆ। ਇਸ ਕਰਕੇ ਪਿੰਡ ਵਾਲਿਆਂ ਨੇ ਜਦੋਂ ਕਿਹਾ ਤਾਂ ਪਿੰਡ ਦੇ ਸੇਵਾ ਭਾਵਨਾ ਦੇ ਨਾਲ। ਹਾਂਜੀ ਹਾਂਜੀ ਜੀ, ਸਰਬਸੰਮਤੀ ਦੀ ਖਬਰ ਸੀ, ਵੇਖੋ ਜੀ ਇਹਨਾਂ ਨੂੰ ਸਰਬਸੰਮਤੀ ਦੀ ਪਰਿਭਾਸ਼ਾ ਹੀ ਨਹੀਂ ਪਤਾ, ਸਰਬਸੰਮਤੀ ਕਿਹਨੂੰ ਕਹਿੰਦੇ ਆ? ਜੋ ਇਹ ਕਰਕੇ ਆਏ ਉਹ ਸਰਬਸੰਮਤੀ ਨਹੀਂ, ਉਹਨੂੰ ਸੈਲਫ ਡੈਕਲਾਰੇਸ਼ਨ ਕਹਿੰਦੇ ਆ ਵੀ ਆਪੋ ਬਣਿਆ ਸਰਪੰਚ। ਇੱਦਾਂ ਤਾਂ ਹਰ ਕੋਈ ਪਿੰਡ 'ਚੋਂ ਜਾਊਗਾ, ਉਹ ਆ ਢੋਲ ਪਾ ਵਜਾ ਕੇ ਹਾਰ ਪਾ ਕੇ ਪਿੰਡ 'ਚ ਆਜੂਗਾ, ਉਹਨੂੰ ਅਸੀਂ ਸਰਪੰਚ ਥੋੜ੍ਹੀ ਮੰਨ ਲਾਂਗੇ। ਸਰਬਸੰਮਤੀ ਕਰਨੀ ਸਾਰੇ ਪਿੰਡ ਨੂੰ ਇਕੱਠਾ ਕਰਦੇ, ਅਤੇ ਜੋ ਵੀ ਪਿੰਡ ਵਾਲੇ ਫੈਸਲਾ ਕਰਦੇ ਉਹ ਮਨਜ਼ੂਰ ਹੁੰਦਾ, ਪਰ ਇਹਨਾਂ ਨੇ ਕਿਸੇ ਨੂੰ ਕਿਸੇ ਦੀ ਰਾਏ ਨਹੀਂ ਲਈ, ਕਿਸੇ ਦੀ ਕਿਸੇ ਨੂੰ ਇਕੱਠਾ ਨਹੀਂ ਕੀਤਾ, ਨਾ ਕੋਈ ਇਕੱਠ ਹੋਇਆ ਪਿੰਡ 'ਚ, ਨਾ ਕਿਸੇ ਨੇ ਇਹਨਾਂ ਨੂੰ ਸਮਰਥਨ ਦਿੱਤਾ, ਇਹ ਆਪਣੇ ਆਪ ਹੀ ਡਿਕਲੇਅਰ ਕਰ ਦਿੱਤਾ ਵੀ ਅਸੀਂ ਸਰਪੰਚ ਹਾਂ। ਸੋ ਇਹਨੂੰ ਸਾਰਾ ਪਿੰਡ ਨਕਾਰ ਰਿਹਾ ਜੀ। ਹਾਂਜੀ, ਕਿੰਨੇ ਨੰਬਰ ਵਾਰਡ 'ਚੋਂ ਲੜਨ ਲੱਗੇ ਜੀ? 2 ਨੰਬਰ ਵਾਰਡ 'ਚੋਂ ਸਰ। ਜਿਹੜੀ ਉਹ ਕਹਿ ਰਹੇ ਸੀ ਸਰਬਸੰਮਤੀ, ਉਹ ਕੋਈ ਸਰਬਸੰਮਤੀ ਨਹੀਂ, ਕਿਸੇ ਨੂੰ ਪੁੱਛਿਆ ਨਹੀਂ ਗਿਆ ਜੀ, ਇੱਕੋ ਬੰਦਾ ਜਾ ਕੇ ਸਰੂਪਾ ਪਾਉਣ ਦੇ ਬਹਾਨੇ ਰਾਹ 'ਚੋਂ ਹਾਰ ਲੈ ਕੇ ਤੇ ਪਾਤੇ, ਕਹਿਤਾ ਜੀ ਲੜਨਗੇ ਇਲੈਕਸ਼ਨ ਦੇ, ਬਸ ਉਹ ਤਾਂ ਫਿਰ ਖਤਮ ਹੀ ਆ, ਉਹ ਕਿਹੜੇ ਕੀ ਕਰਨਗੇ ਉਹ, ਜਿਹੜਾ ਕਿਸੇ ਦੇ ਪਰਦੇ ਤੋਂ ਬਗੈਰ ਹੀ ਚੁੱਪ ਕਰਕੇ ਸਾਰਿਆਂ ਦਾ ਕੋਈ ਬੰਦੇ ਲੈਂਦੇ, ਸਾਰੇ ਚੰਗੇ ਚੰਗੇ ਮੋਲ ਮੋਲ ਲੈਂਦੇ, ਗੱਲ ਕਰਦੇ ਉਹਨਾਂ ਨਾਲ,
ਕਿਸੇ ਨੇ ਕਿਸੇ ਨੂੰ ਦੱਸਿਆ ਨਹੀਂ ਜੀ, ਚੁੱਪ ਕਰਕੇ ਆ ਕੇ ਅਤੇ ਮਾੜਾ ਜਿਹਾ ਕਰਕੇ ਢੋਲ ਢਵਈਆ ਅਤੇ ਸਰਪੰਚ ਬਣ ਗਏ ਜੀ। ਇਹੀ ਆ ਤੁਹਾਨੂੰ ਦਿਖਾਉਂਦੇ ਹਾਂ ਕਿ ਪਿੰਡ ਹਰਦੋਵਾਲ ਖੁਰਦ ਦੇ ਜੋ ਖਬਰਾਂ ਨਸ਼ਰ ਹੋਈਆਂ ਸਨ ਕਿ ਇੱਥੇ ਸਰਬਸੰਮਤੀ ਦੀ ਚੋਣ ਹੋ ਗਈ ਹੈ, ਉਸ 'ਤੇ ਆਜ਼ਾਦ ਉਮੀਦਵਾਰ ਜੋ ਕਿ ਕਹਿੰਦੇ ਪਿੰਡ ਦੇ ਸਹਿਯੋਗ ਨਾਲ ਉਹ ਇਲੈਕਸ਼ਨ ਲੜਦੇ, ਉਹਨਾਂ ਵੱਲੋਂ ਜੇ ਉਹ ਸਰਪੰਚੀ ਦੀ ਚੋਣ ਲੜਨ ਲਈ ਆਪਣੇ ਕਾਗਜ਼ ਨੋਮੀਨੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਭਰਨ ਵਾਸਤੇ ਮੈਂਬਰ ਪੰਚਾਇਤ ਜਿਹੜੇ ਨੇ ਉਹ ਵੀ ਇੱਥੇ ਦੇਖੋ ਕਿਸ ਤਰ੍ਹਾਂ ਤਿਆਰੀ ਕਰ ਰਹੇ ਨੇ, ਫਾਈਲਾਂ ਉਹਨਾਂ ਨੇ ਤਿਆਰੀ ਲਈ ਆਪਣੇ ਜਿਹੜੇ ਪੇਪਰ ਨੋਮੀਨੇਸ਼ਨ ਕਰਨੇ ਆ ਉਹਨਾਂ ਨੂੰ ਫਿਲ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜਿਹੜੇ ਸਰਪੰਚ ਸ਼੍ਰੀਮਤੀ ਰਜਵੰਤ ਕੌਰ ਹੈ ਉਹਨਾਂ ਦੀ ਵੀ ਫਾਈਲ ਜਿਹੜੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਤਿਆਰ ਕਰ ਰਹੇ ਆ, ਅਤੇ ਉਹ ਇਸ 'ਤੇ ਖੰਡਨ ਕੀਤਾ ਜਾ ਜ਼ੋਰਦਾਰ ਗੱਲਾਂ ਵਿੱਚ ਕਿ ਇੱਥੇ ਹਰਦੋਵਾਲ ਖੁਰਦ ਵਿੱਚ ਜਿਹੜੀ ਇਲੈਕਸ਼ਨ ਹੋਵੇਗੀ ਉਸ ਵਾਸਤੇ ਸਰਬਸੰਮਤੀ ਨਹੀਂ ਆ, ਇਲੈਕਸ਼ਨ ਹੋਵੇਗੀ ਅਤੇ ਉਸ ਵਾਸਤੇ ਇਹ ਜਿਹੜੇ ਉਮੀਦਵਾਰ ਨੇ ਪੰਚ ਦੇ ਅਤੇ ਸਰਪੰਚ ਦੇ ਉਹ ਆਪਣੀਆਂ ਨੋਮੀਨੇਸ਼ਨ ਫਾਈਲਾਂ ਜਿਹੜੀਆਂ ਉਹ ਤਿਆਰ ਕਰ ਰਹੇ ਨੇ। ਫਾਈਲਾਂ ਨੇ ਜੀ, ਸਾਰੇ ਮੈਂਬਰਾਂ ਦੀਆਂ ਸਰਪੰਚ ਦੀਆਂ ਫਾਈਲਾਂ ਤਿਆਰ ਨੇ, ਤਾਂ ਅਸੀਂ 4 ਤਰੀਕ ਨੂੰ ਜਾ ਕੇ ਜਮ੍ਹਾਂ ਕਰਾਵਾਂਗੇ। ਬਿਲਕੁਲ ਸਾਡੀਆਂ ਫਾਈਲਾਂ ਤਿਆਰ ਹੈ।